ਅਮੀਰ ਖਾਨ ਮੁਹੰਮਦ ਆਸਫ ਖਿੱਚੀ ਦੋਸਤੋ ਅੱਜ ਮੈਂ ਤੁਹਾਨੂੰ ਚੈੱਕ ਕਰਾਉਣ ਲੱਗਾ ਮੈਸੀ ਫਰਗੂਸਨ 385 ਔਰ ਉਹਦੇ ਪਿੱਛੇ ਪ੍ਰੈਸ਼ਰ ਪਾਈ ਹੋਈ ਹੈ ਔਰ ਪ੍ਰੈਸ਼ਰ ਜਿਹੜੀ ਹੈ ਉਹਦੇ 'ਤੇ ਚੋਰੀਆ ਬਾਈ ਵੀ ਨਿਕਾਲ ਰਹੇ ਨੇ ਔਰ ਆਪਾਂ ਬਾਹਰਾਂ ਦੇ ਤੋਂ ਪੁੱਛਦੇ ਹਾਂ ਕਿ ਇਹ ਰੈਂਟ 'ਤੇ ਚਲਾ ਰਹੇ ਨੇ ਜਾਂ ਆਪਣਾ ਇਹਨਾਂ ਦਾ ਚੋਰੀਆ ਔਰ ਇਹ ਪਰ ਏਕੜ 'ਤੇ 85 ਕਿੰਨਾ ਖਰਚ ਕਰ ਰਿਹਾ ਅਤੇ ਆਓ ਆਪਾਂ ਚੱਲ ਕੇ ਗੱਲਬਾਤ ਕਰਦੇ ਹਾਂ ਦੋਸਤੋ ਆਪਣੇ ਨਾਲ ਉਹ ਕਿਸਾਨ ਵੀਰ ਨੇ ਜਿਨ੍ਹਾਂ ਦਾ ਇਹ ਟਰੈਕਟਰ ਹੈ ਔਰ ਆਪਾਂ ਉਹਨਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਕਿ ਇਹ 85 ਦੀ ਇਸ ਥਰੈਸ਼ਰ 'ਤੇ ਪਰਫੋਰਮੈਂਸ ਕੈਸੀ ਹੈ ਔਰ ਇਹ ਰੈਂਟ 'ਤੇ ਚਲਾ ਰਹੇ ਨੇ ਜਾਂ ਕਿਵੇਂ ਚਲਾ ਰਹੇ ਨੇ ਅਸਲਾਮੁ ਅਲੈਕੁਮ ਜੀ ਬਾਈ ਜਾਨ ਆਪਣਾ ਤਾਰਫ ਕਰਾ ਦਿਓ ਆਪਣਾ ਨਾਮ ਪਤਾ ਕੱਚੇ ਨਰਾਇਣ ਬਸੀਰਪੁਰ ਜ਼ਿਲ੍ਹਾ ਉਖਾੜਾ ਔਰ ਤੁਸੀਂ ਕਿੰਨੀ ਦੇਰ ਤੋਂ ਤਕਰੀਬਨ 85 ਇਸਤੇਮਾਲ ਕਰ ਰਹੇ ਜੇ ਨਵਾਂ ਲਿਆ ਜੀ ਜੀ ਅਤੇ ਅੱਛਾ ਅੱਗੇ ਇੱਕ ਚਲਾਈ ਰੱਖਾ ਜੇ ਅਤੇ ਹੁਣ ਇਹ ਬਾਅਦ 'ਤੇ ਨਵਾਂ ਲਿਆ ਜੀ 19 ਮਾਡਲ ਹੈ ਠੀਕ ਹੋ ਗਿਆ ਅਤੇ ਔਰ ਕੈਸਾ ਚੱਲ ਰਹੀ ਹੈ ਬੜਾ ਸੋਹਣਾ ਚੱਲ ਰਿਹਾ ਅਤੇ ਇਹ ਤਕਰੀਬਨ ਕਦੋਂ ਤੁਸੀਂ ਖਰੀਦਾ ਸੀ ਨਵਾਂ ਲਿਆ ਸੀ ਅਤੇ ਔਰ ਇਹਦੇ 'ਤੇ ਕੀ ਕੰਮ ਲੈ ਰਿਹਾ ਜੀ ਇਹਦੇ 'ਤੇ ਰੋਟਾਵਾਟਰ ਹੋ ਗਿਆ ਚੀਜ਼ਰ ਹੋ ਗਿਆ ਖਰਚਾ ਕਿੰਨਾ ਕਰ ਰਿਹਾ ਹੈ ਪਰ ਏਕੜ ਤੇ 7-8 ਲੀਟਰ ਔਰ ਇਹ ਤਕਰੀਬਨ ਇਹ ਤੁਸੀਂ ਕਿੱਲੇ ਦਾ ਰੈਂਟ ਕਿੰਨਾ ਲੈ ਰਹੇ ਜੀ 3500-4000 ਠੀਕ ਹੋ ਗਿਆ ਔਰ ਇਸ ਤੋਂ ਇਲਾਵਾ ਇਹ ਚਲਾਵਣ ਵਿੱਚ ਕੈਸਾ ਹੈ ਕੈਸਾ ਪਾਇਆ ਤੁਸੀਂ ਗੱਡੀ ਨੂੰ ਠੀਕ ਚੱਲ ਰਹੀ ਹੈ ਫਿਲਹਾਲ ਤਾਂ ਅੱਛਾ ਤੁਸੀਂ ਕਿਸਾਨਾਂ ਨੂੰ ਕੀ ਰਿਕਮੈਂਡ ਕਰ ਸੋ ਵੀ ਇਹ ਟਰੈਕਟਰ ਲੈਣ ਚਲਾਵਣ ਜਾਂ ਇਹਨੂੰ ਚਲਾਵਣ ਦਾ ਤਰੀਕਾਕਾਰ ਕੈਸਾ ਹੈ ਵੀ ਇਹਦਾ ਕੀ ਇਤਿਆਤ ਕਰਨੀ ਚਾਹੀਦੀ ਬਸ ਸਟੀਅਰਿੰਗ ਦੀ ਗਣੀ ਇਤਿਆਤ ਹੁੰਦੀ ਬੰਦਾ ਓਵਰ ਕਟਾਈ ਨਾ ਕਰੇ ਜੀ ਔਰ ਇੰਜਨ ਦੇ ਬਾਰੇ ਕੋਈ ਮੋਬਾਈਲ ਚੇਂਜ ਕਿੰਨੀ ਕੁ ਦੇਰ ਬਾਅਦ ਕਰਨਾ ਚਾਹੀਦਾ ਹੈ ਜਾਂ 100 ਘੰਟੇ ਤੱਕ ਕਰਨਾ ਚਾਹੀਦਾ ਹੈ ਔਰ ਇਹਦਾ ਜਿਹੜਾ ਏਅਰ ਕਲਿੰਡਰ ਹੈ ਇਹਦਾ ਤੇਲ ਕਿੰਨੀ ਦੇਰ ਬਾਅਦ ਬਦਲਦੇ ਜੇ ਜਾਂ ਸਾਫ਼ ਕਰਾਉਂਦੇ ਜੇ ਠੀਕ ਹੈ 100 ਘੰਟੇ ਦੇ ਠੀਕ ਹੋ ਗਿਆ ਥੈਂਕ ਯੂ ਸੋ ਮੱਚ ਔਰ ਦੋਸਤੋ ਹੁਣ ਮੈਂ ਤੁਹਾਨੂੰ ਥਰੈਸ਼ਰ ਦੀ ਪਰਫੋਰਮੈਂਸ ਇਹਦੀ 85 ਦੀ ਚੈੱਕ ਕਰਾਉਣਾ ਥਰੈਸ਼ਰ 'ਤੇ ਕੈਸੀ ਹੈ ਧੂੰਆਂ ਮਾਰਦਾ ਹੈ ਜਾਂ ਨਹੀਂ ਮਾਰਦਾ ਔਰ ਤੋਰੀਆ ਕਿਵੇਂ ਚਲਾ ਰਹੇ ਮਸ਼ੀਨ